ਅੱਛਾ ਜਿਹੜਾ ਭਾਈ ਉੱਤੇ ਬੈਠੇ ਨੇ ਚਲਾ ਕੇ ਚੈੱਕ ਕਰਨ ਲੱਗੇ ਨੇ ਭਲਾ ਜਾਂਚ ਵੀ ਹੈ ਕਿ ਨਹੀਂ। ਭਾਈ ਤੁਸੀਂ ਗੱਡੀ ਚਲਾਈ ਹੈ ਅਤੇ ਕੀ ਤੁਹਾਨੂੰ ਫੀਲ ਹੋਇਆ? ਜ਼ਬਰਦਸਤ ਆ ਗੱਡੀ। ਮੈਂ ਕਹਿੰਦਾ ਕਿ ਭਾਈ ਜੀ ਪੂਰੀ ਪ੍ਰੈਸ਼ਰ ਗੱਡੀ ਹੈਗੀ ਜੇ ਅਤੇ ਇਹ ਮੈਂ 3.5 ਲੱਖ ਰੁਪਏ ਦੀ ਲਈ ਆ। ਮਾਸ਼ਾਅੱਲਾ ਮਹੱਲੇ 'ਚ ਮਠਿਆਈ ਵੀ ਵੰਡ ਕੇ ਆਇਆ ਜੇ ਮੈਂ। ਮਾਸ਼ਾਅੱਲਾ ਠੀਕ ਹੋ ਗਿਆ ਅਤੇ ਮਾਸ਼ਾਅੱਲਾ ਦਿਹਾੜੀ ਜਿਹੜੀ ਆ ਮੈਂ 150-200 ਰੁਪਇਆ ਕਮਾ ਲੈਂਦਾ ਇਹਦੇ 'ਤੇ। ਮਾਸ਼ਾਅੱਲਾ ਠੀਕ ਹੋ ਗਿਆ, ਯਾਨੀ ਕਿ ਸ਼ੁਕਰ ਆ ਬੜਾ ਸੋਹਣਾ ਨਿਜ਼ਾਮ ਚੱਲਣ ਡਿਆ। ਠੀਕ ਹੋ ਗਿਆ, 150-200 ਰੁਪਇਆ ਮੈਂ ਕਮਾ ਰਿਹਾ ਰੋਜ਼ ਦਾ। ਯਾਨੀ ਕਿ ਬਚਤ ਬਚਤ ਹੈ, ਬਚਤ ਬਚਤ ਮੇਰੀ 150-200 ਰੁਪਈਆ। ਠੀਕ ਹੈ, ਬਗੈਰ ਸਾਰਾ ਨਿਜ਼ਾਮ ਚਲਾਉਣ ਡਿਆ ਇਸ ਗੱਡੀ ਤੋਂ। 700-800 ਰੁਪਏ ਦਾ ਪੈਟਰੋਲ ਖਾ ਜਾਂਦੀ ਆ। ਠੀਕ ਹੈ, ਅਤੇ ਭਾਅ ਜੀ ਸਾਰੇ ਨਿਜ਼ਾਮ ਇਹਦੇ ਚਲਾਉਣ ਡਿਆ? ਹਾਂਜੀ, ਅੱਲਾ ਪਾਕ ਦਾ ਬੜਾ ਸ਼ੁਕਰ ਆ ਜੀ। 700-800 ਰੁਪਏ ਦਾ ਪੈਟਰੋਲ ਖਾ ਜਾਂਦੀ ਆ, 200 ਰੁਪਏ ਦੀ ਮੈਂ ਕਮੇਟੀ ਪਾਈ ਦੀ ਜੇ ਮਹੀਨੇ ਦੀ। ਠੀਕ ਹੈ, ਅਤੇ 200 ਰੁਪਏ ਮੈਨੂੰ ਬਚਤ ਆ ਰਹੀ ਹੈ ਇਹਦੇ 'ਚੋਂ। 150 ਕਿਸੇ ਦਿਨ 200 ਰੁਪਏ ਚੰਗੀ ਮਾਸ਼ਾਅੱਲਾ ਦਿਹਾੜੀ ਲੱਗ ਜਾਂਦੀ ਆ। ਠੀਕ ਹੈ, ਅਤੇ ਜ਼ਿਆਦਾ ਤੋਂ ਜ਼ਿਆਦਾ ਦਿਹਾੜੀ ਕਿੰਨੇ ਦੀ ਲੱਗਦੀ ਹੈ ਤੁਹਾਡੀ? 800-850 ਰੁਪਏ ਦੀ ਜੀ। ਠੀਕ, ਕਿਉਂਕਿ ਮਹਿੰਗਾਈ ਬੜੀ ਆ ਅਤੇ ਉਹਦੀ ਵਜ੍ਹਾ ਤੋਂ ਫਿਰ ਤੁਹਾਨੂੰ ਪਤਾ ਹੀ ਆ, 150 ਰੁਪਏ। ਯਾਨੀ ਕਿ ਮਹਿੰਗਾਈ ਬੜੀ ਆ, ਨਾਲੇ ਡੀਜ਼ਲ ਵੀ ਮਹਿੰਗਾ ਹੋ ਗਿਆ, ਪੈਟਰੋਲ ਵੀ। ਪੈਟਰੋਲ ਵੀ ਬੜਾ ਮਹਿੰਗਾ ਹੋ ਗਿਆ ਜੀ, 120 ਰੁਪਏ ਲੀਟਰ ਪੈਟਰੋਲ ਹੋ ਗਿਆ। 800-850 ਰੁਪਏ ਦਾ ਕੁਛ ਵੀ ਨਹੀਂ ਇਹਦੇ ਵਾਸਤੇ। ਬਿਲਕੁਲ, ਹਾਂਜੀ, ਏਡੀ ਤੇ ਇਹਦੀ ਟੈਂਕੀ ਹੈ ਜੀ, ਏਡੀ ਦੇਗ ਹੁੰਦੀ ਹੈ। ਅਤੇ ਕਿੰਨਾ ਕੁ ਪੈਟਰੋਲ ਪੈਂਦਾ ਟੈਂਕੀ 'ਚ? ਟੈਂਕੀ 'ਚ ਪੈਂਦਾ ਜੀ 5 ਲੀਟਰ। 5 ਲੀਟਰ, ਮਾਸ਼ਾਅੱਲਾ ਜੀ। ਟੈਂਕੀ ਅੱਜ ਬਣਾ ਲਈ ਦੇਣਾ ਜਿਵੇਂ ਜਹਾਜ਼ ਦੀ ਬਣਾਈ ਦੀ ਆ। ਨਹੀਂ, ਲੰਮੇ ਸਫ਼ਰ ਵਾਸਤੇ ਠੀਕ ਰਹਿੰਦੀ ਫਿਰ ਗੱਡੀ? ਹਾਂਜੀ, ਲੰਮੇ ਸਫ਼ਰ 'ਤੇ ਮੈਂ ਇੱਕਦਮ ਕੋਟੇ ਗਿਆ ਜੇ ਇਹਦੇ। ਬੱਲੇ ਬੱਲੇ, ਜ਼ਬਰਦਸਤ ਹੋ ਗਿਆ। 40,000 ਰੁਪਏ ਦਾ ਫੇਰਾ ਲਾ ਕੇ ਆਇਆ ਮੈਂ ਇਹਦੇ ਉੱਤੇ। ਠੀਕ ਹੋ, ਕਿੰਨੀ ਬਚਤ ਆ ਗਈ ਉਹਦੇ 'ਚ? ਉਹਦੇ 'ਚ ਬਚਤ ਮੈਨੂੰ ਆਈ ਸੀ 1,000 ਰੁਪਇਆ, 39,000 ਦਾ ਡੀਜ਼ਲ ਲੱਗ ਗਿਆ ਸੀ। ਅੱਛਾ ਭਾਅ ਜੀ, ਇਹ ਜਿਹੜੇ ਨਾਲ ਟਾਕੀ ਸ਼ਾਕੀ ਮਾਰਨੇ ਗੱਡੀ ਦੇ ਨਾਲ, ਇਹ ਕੌਣ ਨੇ? ਇਹ ਭਾਈ ਨੇ ਮੇਰੇ, ਛੋਟੇ ਨੇ ਆਪਣਾ, ਵੱਡੇ ਨੇ, ਹੈਲਪਰ ਨੇ ਨਾਲ। ਹਾਂਜੀ, ਅੱਛਾ, ਹੈਲਪਰ ਨੇ ਨਾਲ ਹੈ, ਕਨੈਕਟਰ ਨੇ ਬੜੇ ਜ਼ਬਰਦਸਤ। ਠੀਕ ਹੈ, ਯਾਨੀ ਕਿ ਦੋਵੇਂ ਕੇਅਰ ਪੂਰੀ ਰੱਖਦੇ ਨੇ? ਹਾਂਜੀ, ਦੋਵੇਂ ਇਕੱਠੇ ਨਾਲ ਜਾਂਦੇ ਫੇਰਾ ਲੈ ਕੇ? ਹੈ, ਫੇਰਾ ਲੈ ਕੇ ਪਿੱਛੇ ਲੰਮ ਕੇ। ਇਹਦੇ ਉਹ ਬੂਛ ਪਵਾਉਣੇ। ਤੇ ਹੁਣ ਭਾਅ ਜੀ ਕਿੱਦਾਂ ਦਾ ਪ੍ਰੋਗਰਾਮ ਹੈ ਤੁਹਾਡਾ? ਭਾਈ ਜਾਨ, ਮੈਨੂੰ ਬੁੱਕ ਲੱਭ ਗਈ ਕਿ ਫੋਨ ਆ ਗਿਆ ਬੰਦੇ ਦਾ। ਅੱਛਾ, ਤੇ ਖਲਾਰੋ, ਸਹੀ 2 ਮਿੰਟ ਖਲਾਰੋ ਨਾ ਸਾਡੇ ਲਾਗੇ ਬੰਦੇ ਦੀ ਪਰਾਲੀ ਲੱਦਣੀ ਜੇ ਮੈਂ। ਠੀਕ ਹੈ, ਮੁੜ ਕੇ ਗੁਜਰਾਂ ਵਾਲੇ ਦਾ ਫੇਰਾ ਲੱਭ ਗਿਆ, ਉੱਥੋਂ ਮੈਂ ਗੱਤਾ ਲੈਣ ਜਾਣਾ ਜੇ। ਸਹੀ ਹੈ, ਤੇ ਪਰਾਲੀ ਦਾ ਕਿੰਨਾ ਫੇਰਾ ਕੀਤਾ ਉਹਦੇ ਨਾਲ? ਕਿੱਥੇ ਖੜਨਾ ਪਰਾਲੀ? ਪਰਾਲੀ ਮੈਂ ਧੰਤਲ ਖੜਨੀ ਜੇ, ਧੰਤਲੂ ਲੋਡ ਕਰਕੇ ਤੇ ਜ਼ਫਰਵਾਲ ਖੜਨੀ ਜੇ ਮੈਂ। ਅੱਛਾ, ਕਿੰਨੇ ਜੇ? ਹਾਂਜੀ, 400 ਰੁਪਏ ਜੇ। 400 ਰੁਪਏ ਜੇ, ਤੇ ਕਿਰਾਇਆ ਬਿਲਕੁਲ ਤੁਸੀਂ ਥੋੜਾ ਕੀਤਾ ਜੀ? ਕਿਰਾਇਆ ਮੈਂ ਉਹਦਾ ਕੀਤਾ ਜੀ 500 ਰੁਪਇਆ। ਅੱਛਾ, 100 ਰੁਪਇਆ ਮੈਨੂੰ ਫੇਰੇ ਪਿੱਛੇ ਬਚ ਜਾਣਾ। ਠੀਕ ਹੈ, ਯਾਨੀ ਕਿ 400 ਰੁਪਇਆ ਤੁਸੀਂ ਪੈਟਰੋਲ ਪਵਾ ਲੈਣਾ ਵਿੱਚ? 400 ਦਾ ਮੇਰਾ ਪੈਟਰੋਲ ਲੱਗ ਜਾਣਾ ਤੇ 100 ਰੁਪਇਆ ਮੈਨੂੰ ਬਚਤ ਆ ਜਾਣੀ ਆ। ਠੀਕ ਹੋ ਗਿਆ, ਯਾਨੀ ਕਿ ਜੇ 100 ਲਿਆਓਗੇ ਉਹਦੀ ਕਮੇਟੀ ਪਾਓਗੇ, ਇਹਦੀ ਆਣ ਕੇ ਕੀ ਕਰੋਗੇ ਜਾਂ ਰੋਟੀ ਖਾਓਗੇ? ਹੋਰ ਇਹਦਾ ਨਾਲ ਮੇਰਾ ਗੁਜਰਾਂ ਵਾਲਾ ਤਾਂ ਤੂੰ ਮੈਂ ਗੱਤਾ ਲੈਣ ਜਾਣਾ ਜੇ ਹੁਣ। ਠੀਕ ਹੈ, ਹਾਂਜੀ, ਤੇ 20,000 ਰੁਪਇਆ ਮੈਨੂੰ ਉੱਧਰੋਂ ਲੱਭ ਜਾਣਾ। ਠੀਕ ਹੈ, ਤੇ ਨਾਲ ਭਾਈ ਹੋਰਾਂ ਨੂੰ ਤਨਖਾਹ ਦੇਣੀ ਹੁੰਦੀ ਆ ਮੈਂ। ਠੀਕ ਹੈ, ਯਾਨੀ ਕਿ ਭਾਈ ਆਪਣੇ ਨੂੰ ਨਾਲ ਤੁਸੀਂ ਤਨਖਾਹ ਦੇਣੀ ਹੁੰਦੀ ਹੈ ਜੇ ਤੁਹਾਨੂੰ? ਇਧਰ ਆਓ ਭਾਈ ਜਾਨ, ਇਧਰ ਆਓ ਸਾਹਮਣੇ ਆਓ। 5,000 ਰੁਪਇਆ ਦੀ ਤਨਖਾਹ ਮਹੀਨੇ ਦੀ। ਠੀਕ ਹੈ, ਯਾਨੀ ਕਿ ਬਚਤ ਬਚਤ ਉਹਨਾਂ ਨੂੰ ਤੁਸੀਂ ਦੇਣੀ ਹੁੰਦੀ ਹੈ, ਨਾਲ ਦੋਵਾਂ ਨੇ ਆਪ ਕੰਪਰੋਮਾਈਜ਼ ਕਰਨਾ ਹੁੰਦਾ। ਖਰਚੇ ਕੱਢ ਕੇ ਅੱਲਾ ਦਾ ਸ਼ੁਕਰ ਆ, ਮਹੀਨਾ ਜਿਹੜਾ ਨਾਲ 1-1.5 ਲੱਖ ਬਚਾ ਲੈਂਦੇ ਆ। ਠੀਕ ਹੋ ਗਿਆ, ਹਾਂਜੀ, ਤੇ ਬੜਾ ਹੀ ਅੱਲਾ ਪਾਕ ਦਾ ਇਹਸਾਨ ਆ, ਸੋਹਣੀ ਰੋਟੀ ਕਮਾ ਰਹੇ ਆ ਜੀ ਗੱਡੀ 'ਤੇ। ਠੀਕ ਹੋ ਗਿਆ, ਹਾਂਜੀ, ਤੇ ਇਹਦੇ 'ਤੇ ਕਿੰਨਾ ਕੁ ਲੋਡ ਤੁਸੀਂ ਲੋਡ ਕਰਕੇ ਖੜਦੇ ਹੋ? ਵਜ਼ਨ ਕਿੰਨਾ ਹੁੰਦਾ ਜਨਾਬ? 1 ਟਨ ਆ ਜਾਂਦਾ ਜੀ। 1 ਟਨ ਕਿ ਜ਼ਿਆਦਾ? 1 ਟਨ ਤੱਕ ਅਸੀਂ ਲੋਡ ਇਹਦੇ 'ਤੇ ਲੋਡ ਜਿਹੜਾ ਨਾ ਲੋਡ ਕਰ ਲੈਂਦੇ ਹਾਂ ਗੱਡੀ ਨੂੰ। ਠੀਕ ਹੈ, ਤੇ ਇਹਦਾ ਕੋਈ ਕੰਮ ਸ਼ਮ ਕੋਈ ਕਰਾਉਣ ਵਾਲਾ ਹੈ ਤੂੰ? ਹਾਂਜੀ, ਕੰਮ ਸ਼ਮ ਇਹਦਾ ਸਾਰਾ ਹੀ ਹੋਣ ਵਾਲਾ ਜੀ ਹੁਣ। ਠੀਕ ਹੈ, 50,000 ਮੰਗਣ ਡੇ ਜੀ ਇਸ ਟਾਈਮ। ਠੀਕ ਹੈ, ਮੈਂ ਆਹਨਾਂ ਕਿ ਉਹ ਬੰਦੇ ਕੋਲ ਦੇਖੋ ਪਿੱਛੋਂ ਵੀ ਹਿਲਣ ਡੀ ਆ ਗੱਡੀ ਸਾਰੀ, ਬੰਦੇ ਨੇ ਖੋਲ ਛੱਡੀਆਂ ਨੇ ਹੁਣ। ਇਹ ਤੁਸੀਂ ਚੈੱਕ ਕਰੋ, ਗੱਡੀ ਸਾਰੀ ਹਿਲਣ ਡੀ ਆ ਮੇਰੀ, ਇਹ ਵੀ ਖਰਾਬ ਹੋ ਗਿਆ ਜੇ। ਅੱਛਾ, ਤੇ ਪੱਖੇ ਦੀ ਕੀ ਖਸੂਸੀਅਤ ਹੈ ਇਹਨੂੰ? ਪੱਖਾ ਜਰਾ ਨਾ ਕਾਹਦੇ ਵਾਸਤੇ? ਇੰਜਨ ਨੂੰ ਗਰਮ ਰੱਖਦਾ ਜੇ। ਠੀਕ ਹੈ, ਇਹ ਪੱਖਾ ਜਿਹਾ ਇੰਜਨ ਨੂੰ ਗਰਮ ਰੱਖਦਾ, ਤੇ ਇਹ ਇੰਜਨ ਵੇਖੋ ਮੋਬਲਾ ਸੁੱਟਣ ਡਿਆ। ਹੈਂ, ਅਪੀਲ ਕਰਨੇ ਆ ਤੇ ਸਾਨੂੰ, ਸਾਡੇ ਕੋਲ ਇਹ ਪੁਰਾਣੀ ਗੱਡੀ ਲੈ ਕੇ ਤੇ ਸਾਨੂੰ ਨਵੀਂ ਦੇ ਦੇਣ। ਠੀਕ, ਇਮਰਾਨ ਖਾਨ ਦੀ ਮਿਹਰਬਾਨੀ ਹੋਏਗੀ, ਜੇ ਉਹ ਨਹੀਂ ਆ ਕਰ ਸਕਦਾ ਤਾਂ ਫਿਰ ਨਵਾਜ਼ ਸ਼ਰੀਫ ਨੂੰ ਆਉਂਦੇ। ਠੀਕ ਹੈ, ਤੇ ਨਾਲੇ ਇਮਰਾਨ ਖਾਨ ਦੇ ਦੌਰ 'ਚ ਤਾਂ ਮਹਿੰਗਾਈ ਇੰਨੀ ਜ਼ਿਆਦਾ ਹੋਈ ਹੈ, ਕਿਸ ਤਰ੍ਹਾਂ ਨਿਜ਼ਾਮ ਚੱਲਣ ਡਿਆ? ਨਿਜ਼ਾਮ ਤੇ ਮੈਂ ਕਿ ਬੰਦ ਹੋ ਗਏ ਨੇ ਸਾਰੇ ਕਿ ਚੱਲਣੇ ਕੀ ਨੇ, ਉਹ ਮੈਂ ਕਾਰ ਕਢਵਾਈ ਦੀ ਜੀ ਇੱਕ, ਤੇ ਜਨਾਬ। ਅੱਛਾ, ਇਹ ਕਾਰ ਆਪਣੀ ਹੈ? ਹਾਂਜੀ, ਇਹ ਗੱਡੀ ਆਪਣੀ ਜੇ, ਇਹ ਵੀ ਖਲੋਤੀ ਦੀ ਹੈ ਬਾਬਾ ਜੀ, ਫੇਰਾ ਕੋਈ ਨਹੀਂ ਜੇ ਲੱਭਦਾ ਪਿਆ। ਯਾਨੀ ਕਿ ਪਿੰਡ ਥਾਂ 'ਚ ਰਹਿ ਕੇ ਕਾਰ ਵੀ ਤੁਸੀਂ ਖਰੀਦੀ ਦੀ ਹੈ, ਲੋਡਰ ਵੀ 2-2.5 ਲੱਖ ਦਾ? ਲੋਡਰ ਤੋਂ ਲਿਆ ਸਭ ਕੁਛ ਅਸੀਂ। ਠੀਕ ਹੈ, ਹਾਂਜੀ, ਯਾਨੀ ਕਿਹੜਾ ਮਾਡਲ ਆ ਲੋਡਰ?
ਲੋਡਰ ਜੇ 150 ਸੀਐਲ ਜੇ ਸਿਵਾ ਦਾ ਸਹੀ ਤੇ ਮਾਡਲ ਮੇਰਾ ਖਿਆਲ ਹੈ 1998 ਮਾਡਲ ਜੇ 1998 ਠੀਕ ਹੋ ਗਿਆ ਤੇ ਮਾਸ਼ਾਅੱਲਾ ਹਜੇ ਤੱਕ ਤੁਸੀਂ ਤੇ ਇਹਨੂੰ ਜਰਕਨ ਨਹੀਂ ਦਿੱਤਾ ਕਿਸੇ ਪਾਸੇ ਵੀ ਹੈ ਇਹਨੂੰ ਰੱਸੀਆਂ ਹੀ ਬੰਨੀ ਦੀਆਂ ਨਾ ਵੇਖਿਆ ਨਾ ਹੁਣ ਤਾਂ ਵਿਸ਼ਾ ਮੋਹਣਾ ਲਗਾ ਅਸੀਂ ਰੱਸੀਆਂ ਰੁਸੀਆਂ ਬੰਨੀ ਦੀਆਂ ਇਹਨੂੰ ਆ ਵੇਖੋ ਚੈੱਕ ਖਲਵਾਉਣੀਆਂ ਨਾ ਹੁਣ ਸਾਰੀ ਗੱਡੀ ਹਿੱਲ ਗਈ ਆ 40,000-50,000 ਰੁਪਇਆ ਮੰਗਣ ਡਈ ਆ ਤੁਹਾਨੂੰ ਪੈਸੇ ਬਣਦੇ ਨੇ ਤੇ ਫੇਰ ਕਰਵਾਉਂਦੇ ਆ ਕੰਮ ਇਹਦਾ ਠੀਕ ਹੈ ਹਾਂਜੀ ਇੱਕ ਵੇਖਿਆ ਫ੍ਰੀ ਹੋ ਗਈ ਆ ਵੀ ਨਹੀਂ ਆਉਂਦੀ ਇੱਧਰ ਆਪੇ ਨਾ ਸਾਂਦੀ ਆ ਖਲੋਂਦੀ ਨਹੀਂ ਪਈ ਪੈਰਾਂ ਤੇ ਇਹਨੂੰ ਲਾਹੌਰ ਕਰਨਾ ਪੈਣਾ ਜੇ ਅੱਛਾ ਯਾਰ ਭਾਈ ਤੁਸੀਂ ਇਸ ਗੱਡੀ ਤੋਂ ਕੀ ਬਣਾਇਆ ਜਾਂ ਕੀ ਲਿਆ ਤੁਸੀਂ ਸਭ ਤੋਂ ਪਹਿਲਾਂ ਤਾਂ ਅੱਲਾਹ ਦਾ ਸ਼ੁਕਰ ਅਦਾ ਕਰਨਾ ਕਿ ਅਸੀਂ ਇਹਦੇ 'ਤੇ ਹੱਥ ਸਿੱਧੇ ਕੀਤੇ ਨੇ ਠੀਕ ਹੈ ਮਾਸ਼ਾਅੱਲਾ ਹਾਂਜੀ ਉਸ ਤੋਂ ਬਾਅਦ ਅਸੀਂ ਲਿਆ ਕੀ ਆ ਕਿ ਝੂਟੇ ਬੜੇ ਲੈ ਰਹੇ ਤੇ ਮਾਸ਼ਾਅੱਲਾ ਮਾਸ਼ਾਅੱਲਾ 30,000 ਇਸ ਗੱਡੀ ਨੇ ਬੜਾ ਕੰਮ ਕੀਤਾ ਠੀਕ ਹੋ ਗਿਆ ਹਾਂਜੀ ਅਤੇ ਲਾਈਟ ਦੀ ਬੜੀ ਵੱਡੀ ਆ ਵੇਖੋ ਤਾਂ ਸਹੀ ਰਾਤ ਨੂੰ ਆ ਮੇਰਾ ਖਿਆਲ ਆ 30-35 ਕਿਲੋਮੀਟਰ ਤੱਕ ਮਾਰ ਕਰਦੀ ਆ ਲਾਈਟ ਠੀਕ ਹੋ ਆਰਮੀ ਨੇ ਲਵਾ ਕੇ ਦਿੱਤੀ ਦੀ ਆ ਸਾਨੂੰ ਠੀਕ ਹੈ ਅਤੇ ਬਾਬਾ ਜੀ ਹੋਰ ਇਹਦੇ 'ਤੇ ਝੂਟੇ ਲੈ ਰਹੇ ਹੁਣ ਸੀਟ ਵੀ ਇਹਦੀ ਵੇਖੋ ਮੁੱਕ ਗਈ ਆ ਸੀਟ ਬਿਲਕੁਲ ਇਹਦੀ ਖਤਮ ਐਂਡ ਆ ਅਤੇ ਨਾਲੇ ਤੁਸੀਂ ਸਭ ਕੋਈ ਕਮੇਟੀਆਂ 'ਚ ਪਾ ਰਿਹਾ ਤਾਂ ਹੁਣ ਗੱਡੀ 'ਤੇ ਕੋਈ ਪੈਸਾ ਲਾਓ ਨਾ ਕਮੇਟੀ ਵੀ ਸਾਡੀ ਬੜੀ ਆ ਨਾ 200 ਰੁਪਈਏ ਦੀ ਕਮੇਟੀ ਆ ਸਾਡੀ ਉਹ ਡੇਲੀ ਦਾ 200 ਤੁਸੀਂ ਦੇਣਾ ਹੁੰਦਾ ਅੱਜ ਡੇਲੀ 200 ਰੁਪਏ ਦੇ ਰਹੇ ਹਾਂ ਠੀਕ ਹੋ ਗਿਆ ਅਤੇ ਇਸ ਤੋਂ ਇਲਾਵਾ ਅਸੀਂ ਇੱਕ ਭੈਂਸ ਖਰੀਦੀ ਜੇ ਲਿਆ ਕੇ ਲਵਾਏ ਜੇ ਅਸੀਂ 200-200 ਰੁਪਏ ਦਾ ਮੰਡੀਓਂ ਬੂਟਾ ਲਿਆਉਂਦਾ ਜੇ ਠੀਕ ਆ ਹਾਂਜੀ ਬਾਕੀ ਹੁਣ ਭਾਈ ਹੋਰਾਂ ਨਾਲ ਮਜ਼ੀਦ ਗੱਲ ਕਰ ਲਓ ਜਿਹੜੀ ਕਰਨੀ ਜੇ ਕਹਿ ਅਸੀਂ ਚੱਲੇ ਹੁਣ ਗੁਜਰਾਂ ਵਾਲੇ ਭਾਈ ਜਾਨ ਹਾਂਜੀ ਭਾਅ ਜੀ ਹੁਣ ਕਿੱਦਾਂ ਦੀ ਤਿਆਰੀ ਤੁਹਾਡੀ ਗੁਜਰਾਂ ਵਾਲੇ ਦੀ ਠੀਕ ਹੈ ਉੱਥੋਂ ਕੀ ਲੱਦ ਕੇ ਲਿਆਉਂਦੇ ਤੁਸੀਂ ਗੱਟਾ ਲੱਦ ਕੇ ਲਿਆਉਂਦੇ ਠੀਕ ਹੋ ਗਿਆ ਜ਼ਬਰਦਸਤ ਹੈ ਅਤੇ ਕਿੰਨੇ ਦਾ ਪੈਟਰੋਲ ਪਵਾ ਕੇ ਜਾਓਗੇ ਗੱਡੀ 'ਚ 1200 ਰੁਪਏ ਦਾ 1200 ਰੁਪਏ ਦਾ ਠੀਕ ਹੈ ਪਹੁੰਚ ਜਾਏਗਾ 1200 ਰੁਪਏ ਪਹੁੰਚ ਕੇ 4-5,000 ਰੁਪਏ ਲੱਗ ਜਾਵੇ ਠੀਕ ਹੈ ਜੀ ਜੀ ਸਾਰੇ ਦੋਸਤ ਦੁਆ ਕਰੋ ਹੁਣ ਚੱਲੇ ਨੇ ਭਾਈ ਹੋਰੀ ਗੁਜਰਾਂ ਵਾਲੇ ਅਤੇ ਜਿਸ ਟਾਈਮ ਉੱਥੋਂ ਗੱਤਾ ਲੋਡ ਕਰਨਗੇ ਉਹਦੀ ਵੀ ਤੁਹਾਨੂੰ ਅਸੀਂ ਵੀਡੀਓ ਜ਼ਰੂਰ ਇਨਸ਼ਾਅੱਲਾ ਵਿਖਾਵਾਂਗੇ ਠੀਕ ਹੈ ਜੀ ਇਹਨਾਂ ਵਾਸਤੇ ਦੁਆ ਕਰੋ ਜੀ ਓਕੇ ਜੀ ਅੱਲਾ ਹਾਫਿਜ਼